ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਰੋਜ਼ਾਨਾ ਦੀ ਤਰ੍ਹਾਂ ਅੱਜ ਫਿਰ ਆਪਾਂ ਪੰਜਾਬ ਪ੍ਰਾਪਤੀ ਸਰਵੇਖਣ ਦੀ ਅਗਲੀ ਤਿਆਰੀ ਕਰਾਂਗੇ ਤਾਂ ਬੱਚਿਓ ਆਪਾਂ ਦੋ ਪੈਰੇ ਪੜ ਚੁੱਕੇ ਹਾਂ ਅੱਜ ਆਪਾਂ ਤੀਸਰਾ ਪੈਰਾ ਪੜਾਂਗੇ ਤੇ ਉਸ ਪੈਰੇ ਦੇ ਵਿੱਚੋਂ ਪ੍ਰਸ਼ਨਾਂ ਦੇ ਉੱਤਰ ਲੱਭਾਂਗੇ ਤਾਂ ਚਲੋ ਸ਼ੁਰੂ ਕਰਦੇ ਹਾਂ ਪੈਰਾ ਪੜਨਾ ਧਿਆਨ ਨਾਲ ਸੁਣੋ ਸ਼ਹੀਦ ਊਧਮ ਸਿੰਘ ਰੇਲਵੇ ਫਾਟਕ ਦੇ ਇੱਕ ਚੌਕੀਦਾਰ ਦਾ ਪੁੱਤਰ ਸੀ ਬਚਪਨ ਵਿੱਚ ਹੀ ਉਸ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ ਇਸ ਲਈ 5-6 ਸਾਲ ਦੀ ਉਮਰ ਵਿੱਚ ਉਸ ਨੂੰ ਅੰਮ੍ਰਿਤਸਰ ਦੇ ਖਾਲਸਾ ਕੇਂਦਰੀ ਯਤੀਮਖਾਨੇ ਵਿੱਚ ਦਾਖਲ ਕਰਾ ਦਿੱਤਾ ਗਿਆ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਉਦਯੋਗਿਕ ਵਪਾਰਿਕ ਅਤੇ ਵਿੱਦਿਆ ਦੇ ਖੇਤਰਾਂ ਵਿੱਚ ਬਹੁਤ ਤਰੱਕੀ ਕਰ ਰਿਹਾ ਸੀ ਇਸ ਤਰੱਕੀ ਦੇ ਨਾਲ ਨਾਲ ਉੱਥੋਂ ਦੇ ਲੋਕਾਂ ਵਿੱਚ ਰਾਜਨੀਤਿਕ ਜਾਗਰਤੀ ਵੀ ਆ ਰਹੀ ਸੀ ਤਾਂ ਬੱਚਿਓ ਇਹ ਪਹਿਰਾ ਆਪਾਂ ਪੜ੍ਹ ਲਿਆ ਹੈ ਹੁਣ ਆਪਾਂ ਪ੍ਰਸ਼ਨ ਪੜਾਂਗੇ ਤੇ ਉਹਨਾਂ ਦੇ ਉੱਤਰ ਇਸ ਪਹਿਰੇ ਦੇ ਵਿੱਚੋਂ ਲੱਭਾਂਗੇ ਪਹਿਲਾ ਪ੍ਰਸ਼ਨ ਹੈ ਸ਼ਹੀਦ ਊਧਮ ਸਿੰਘ ਕਿਸ ਦਾ ਪੁੱਤਰ ਸੀ ਤਾਂ ਬੱਚਿਓ ਪਹਿਲੀ ਲਾਈਨ ਦੇ ਵਿੱਚ ਆਪਾਂ ਪੜ੍ਹਿਆ ਹੈ ਕਿ ਸ਼ਹੀਦ ਊਧਮ ਸਿੰਘ ਰੇਲਵੇ ਫਾਟਕ ਦੇ ਇੱਕ ਚੌਕੀਦਾਰ ਦਾ ਪੁੱਤਰ ਸੀ ਦੂਸਰਾ ਪ੍ਰਸ਼ਨ ਮਾਤਾ ਪਿਤਾ ਦੇ ਦੇਹਾਂਤ ਮਗਰੋਂ ਸ਼ਹੀਦ ਊਧਮ ਸਿੰਘ ਕਿੱਥੇ ਰਹਿਣ ਲੱਗੇ ਤਾਂ ਬੱਚਿਓ ਇਹ ਆਪਾਂ ਦੂਸਰੀ ਲਾਈਨ ਵਿੱਚ ਪੜ੍ਹਿਆ ਹੈ ਕਿ ਮਾਤਾ ਪਿਤਾ ਦੇ ਦੇਹਾਂਤ ਤੋਂ ਬਾਅਦ ਅੰਮ੍ਰਿਤਸਰ ਦੇ ਖਾਲਸਾ ਕੇਂਦਰੀ ਯਤੀਮਖਾਨੇ ਵਿੱਚ ਇਹ ਦਾਖਲ ਹੋ ਗਏ ਸਨ ਭਾਵ ਖਾਲਸਾ ਕੇਂਦਰੀ ਯਤੀਮਖਾਨੇ ਵਿੱਚ ਰਹਿਣ ਲੱਗੇ ਤੀਸਰਾ ਪ੍ਰਸ਼ਨ ਕਿਹੜਾ ਸ਼ਹਿਰ ਉਦਯੋਗਿਕ ਵਪਾਰਕ ਅਤੇ ਵਿੱਦਿਆ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ ਤਾਂ ਬੱਚਿਓ ਇਹ ਆਪਾਂ ਦੂਸਰੇ ਪੈਰੇ ਵਿੱਚ ਪੜ੍ਹਿਆ ਹੈ ਕਿ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਸ਼ਹਿਰ ਉਦਯੋਗਿਕ ਵਪਾਰਕ ਅਤੇ ਵਿੱਦਿਆ ਦੇ ਖੇਤਰਾਂ ਵਿੱਚ ਬੜੀ ਤਰੱਕੀ ਕਰ ਰਿਹਾ ਸੀ ਚੌਥਾ ਪ੍ਰਸ਼ਨ ਪੈਰੇ ਵਿੱਚ ਆਏ ਸ਼ਬਦਾਂ ਦੇ ਵਚਨ ਬਦਲੋ ਤਾਂ ਬੱਚਿਓ ਪਹਿਲਾ ਹੈ ਯਤੀਮਖਾਨਾ ਇਸ ਦੇ ਆਪਾਂ ਵਚਨ ਬਦਲਣੇ ਹਨ ਯਤੀਮਖਾਨਾ ਦਾ ਹੋਏਗਾ ਯਤੀਮਖਾਨੇ ਦੂਸਰਾ ਹੈ ਸ਼ਹਿਰ ਸ਼ਹਿਰ ਦਾ ਸ਼ਹਿਰਾਂ ਤੀਸਰਾ ਹੈ ਫਾਟਕ ਫਾਟਕ ਦਾ ਫਾਟਕਾਂ ਚੌਥਾ ਹੈ ਖੇਤਰ ਖੇਤਰ ਦਾ ਖੇਤਰਾਂ ਹਾਂਜੀ ਤਾਂ ਬੱਚਿਓ ਇਹ ਆਪਾਂ ਪਹਿਰਾ ਪੜ੍ਹਿਆ ਸੀ ਇਹਨਾਂ ਦੇ ਪ੍ਰਸ਼ਨ ਕੀਤੇ ਨੇ ਇਹ ਪ੍ਰਸ਼ਨਾਂ ਦੇ ਉੱਤਰ ਸਾਰਿਆਂ ਨੇ ਆਪਣੀ ਕਾਪੀ 'ਤੇ ਨੋਟ ਕਰਨੇ ਨੇ ਅਤੇ ਚੰਗੀ ਤਰ੍ਹਾਂ ਇਹਨਾਂ ਨੂੰ ਯਾਦ ਵੀ ਕਰਨਾ ਹੈ ਧੰਨਵਾਦ ਪਿਆਰੇ ਬੱਚਿਓ